ساعتكو. سو خود رمت نہیں دیتا راستہ معلوم ہے جی آجا معلوم ہے اتو دا ہاں ابن دا معلوم کہنی تو نا سو خود رمت پنج منہ والا پتہ لگ گیا سی او آرام آ بھیا ہم تو ڈیلی آنے جانے گئے یا آتے ہیں آرام یہ لوگ بس نہیں یہ بھی ادھر گیا ہے بس اس کی مہربانی کہ ہمیں ٹائم دے دیا 10 منٹ دے دینا جی بالکل کوئی گل رو دی کرو یار کوئی گل ہاں آپ انڈیا بنگالی پاکستان پاکستانی اچھا تو کیڑی سائڈ تے کیڑے رکھ میں گدم ہوتا ہوں نال ہی ہے سی والا ہاں باول پور ماشاءاللہ ماول پور ہوٹل بنا سی میں برین بفر گاڑا ماول پور ہوٹل بنا سی برین
اجل لديك انا فتي مرجعنا بشنو بيتهم في المدينه انا صار جاي انا بطلع لك ايه بس بطلع لك انا بطلع لك ايه بس بطلع لك انا بطلع لك ايه بس بطلع لك انا بطلع لك ايه ಒಂದು ಲೊಕೇಶನ್ ಕಡೆನೆ ಇದೆ ಅಂತ ಹಲೋ ಬಲ್ದ ಯೂನ ರಾಜರ ಆಖರಿ ಚಾರ ಉನೋತೆ ಜಗಹ ದ جبل ود بلدا يوني بري اضافه علي تا کر دیری ہے ہاں میں کو ایسا اخری اشارہ کلو پہلا اشارہ تو چھوڑنا ہے ہاں اے متم بل ہاں سپورٹ ٹائم کا اپن ڈرائیور کر رہے ਸਾਇ ਖਾਸ ਦੇ ਵੀ ਦਿੱਤੇ ਉਸੋ ਤੁਸੀਂ ਕਿੱਥੇ ਵੇਸੋ ਕੋਣ ਮੈਂ ਆ ਵਾਲਾ ਕਿੱਥੇ ਵੇਸੇ ਮੈਂ ਉਹ ਬਾਲਮ ਜਾ ਰਹਾ ਸੀ ਕੋਲੇ ਅੱਛਾ ਅੱਛਾ ਅਸਲਾ ਇਹਦੇ ਹੈਲੋ ਅਸਲਾਮ ਅਲੈਕਮ ਮੈਂ ਹੁਣ ਇਹ ਹਾਲ ਕਿਰਾ ਤਾਂ ਲੈ ਪੇ ਬੈਕ ਮਨ ਕੜਾ ਆਈ ਹੋ ਇਹ ਹਲ ਮੈਂ ਇੱਕ ਮਾਲਦਾਰ ਹਲ ਮਦੀਨਾ ਮਨਵਰਾ جندول ہوٹل نہیں تھی بنی جندول جندول تک بتایا بھیا جور پالا بھائی یہ جور پالا اشارہ کرے یہ جور پالا راستہ میں نہ بے یہ یہ اشارہ لا دیو کال کر ہلو ہلو ਉਹ ਰਹੀ ਮੇਰੇ ਦੀ ਗੱਲ ਤੋਂ ਕਿਲੇ ਨਾ ਗੱਡੀ ਇੱਥੇ ਤਾਂ ਖੜਾ ਮੈਂ ਹੁਣ ਇੱਕ ਖੇਤ ਵਿੱਚ ਤਾਂ ਉਹਨਾਂ ਦਾ ਮੈਂ ਦੇ ਦੇ ਜੋਰ ਵਾਲੇ ਸ਼ਰਾ ਚੋਣੇ ਹਾਂ ਜੋਰ ਵਾਲੇ ਸ਼ਰਾ ਖਲਾਸ ਇਹ ਤਾਂ ਬਣ ਗਿਆ ਬੰਦਾ ਯੂਨ ਲੱਗੋ ਏ ਜੰਦੋ ਲਿਖਿਆ ਹੋਇਆ ਹੈ ਜੰਦੋ ਹੋਟਲ ਤੇ ਖੜੇ ਲਿਖਿਆ ਹੋਇਆ ਜੰਦੋ ਹਾਂ ਇਸ਼ਾਰੇ ਦੇ ਨਾਲ ਹੋਟਲ ਪਹਿਲੇ ਹੈ ਕੋਈ ਹਾਲੋ ਬਾਲੀ ਦੇ ਨਾਲ ਪੈਦਲ ਆਵੇ ਨਾ ਕਫੀਲ ਦੇ ਬਾਲ ਉਹ ਕੀ ਦੀ ਗਈ ਸਾਈ ਕਿੱਥਾਂ ਰਹਿ ਗਈ ਮਤਲਬ ਤੂੰ ਟਾਈਮ ਤੇ ਨਹੀਂ ਪੁੱਜਦਾ ਪਿਆ ਲੈ ਕੇ ਵਾਲਾ ਵੀ ਕੰਮ ਜਿਹੜਾ ਬਣਾ ਕੇ ਉਹ ਤਾਂ ਕਰਨੇ میں آزاد یہ کیڑی جائے ساتھ
ਕੰਪਨੀ ਤਾਂ ਕਹਿੰਦੀ ਚੰਗਾ ਵੱਡਾ ਹੋਇਆ ਹੋਏ ਹਿਸਾਬ ਕਿਤਾਬ ਤੂੰ ਪੜ੍ਹਿਆ ਮੈਂ 16 ਕੀਤੀ ਕਹਿਣਾ ਇਹਦਾ ਮੋਬਾਈਲ ਸ਼ੁਰੂ ਦਾ 22-25 ਦਾ ਪਾਕਿਸਤਾਨੀ ਦਾ ਬਿਲਾਲ ਮਜਨ ਨਾਲ ਸਾਰੇ ਕੀ ਯਾਰ ਹੁੰਦਾ ਵੀ ਉਹ ਟੈਕਸੀ ਡਰਾਈਵਰ ਹੈ ਆਪਣੇ ਆਪ ਉਹ ਅਮਨਪੁਰ ਦਾ ਤਾਂ ਉਹ ਹੀ ਮੈਂ ਦੱਸੋ 120 ਤਰੀਕ ਕਮਾ ਕੇ ਨਾ ਟੈਨਸ਼ਨ ਕਹਿ ਨਹੀਂ ਕੋਈ ਮੁਹੰਮਦ ਰਮਜ਼ਾਨ ਨਾ ਹੈ ਮੌਲਵੀ ਜੀ
والله بعتقد ايه بلا اي شيء انا والله كده بلا اي شيء والله رايتك هنا ਯਾਦ ਗੇਨ ਰਹਿ ਬੰਦਾ ਹਾਲੀ ਦੇ ਰਹਿਣ ਜਿਲੋ ਜਿਲੋ ਸਿੱਧੇ ਜਿਲੋ ਸਿੱਧੇ ਜਿਲੋ ਵਾਲੀ ਜੇ ਬਸ ਮੁੜੀ ਮੇਰੇ ਲਾਉਣਾ ਕਿ ਜੀ ਆ ਜਾਉੜੀ ਤੂੰ ਜਿਲੇ ਜਲ ਸਕਦੇ ਆਵੇ ਉਤੋਂ ਹੀ ਹਾਂ ਤੂੰ ਹੀ ਜਲ ਸਕਦੇ ਆਵੇ ਲੈ ਨਹੀਂ ਮੈਂ ਪੁਰਾਣੇ
ਕਿੰਨੇ ਬੰਦੇ ਵੇ ਪਤਾ ਤੇ ਹੋਵੇ ਫਿਰ ਉਧਰ ਸਿੱਧਾ ਚਲਾ ਰਹੀ ਲੂ ਹੈਲੀਪੋਰਟ ਟੱਪ ਚਲੋ ਪੂਰੀ ਵੀ ਸੁੱਖ ਤਾਂ ਸ਼ਾਮ ਸਾਨੂੰ ਦੁਕਾਨ ਕਿਤਾਬ ਤੋਂ ਪੈਸਾ ਕਮਾ ਉੱਤਾਂ ਨਹੀਂ ਉਹ ਪੱਕੜ ਥੱਕੜ ਜਾ ਕੇ ਚੰਗੇ ਪੜ੍ਹਦੇ ਉੱਥੋਂ ਉੱਥੋਂ ਪੈਸੇ ਚੰਗੇ ਪੜ੍ਹਦੇ 100 120 30 ਆਰਾਮ ਆ ਡੇਲੀ ਦਾ ਪੜ੍ਹਦੇ ਤੋਂ ਸਾਲ ਅਲੱਗ ਪੜ੍ਹੀ 5000 ਦਿਹਾੜੀ ਮਹੀਨਾ ਪੜ੍ਹਦੇ ਨੇ ਸਿੱਧੇ ਚਲੋ ਪੇ ਸੁੱਖ ਉਧਰ ਵਿੱਚ ਮੰਡੀ ਹੈ ਜੀ ਬੜੇ ਸਾਰੇ ਨਾਲ ਕਮਰੇ ਲਾਉਂਦੇ ਪੈਣ ਨਾ ਉਹ ਜੰਮੀ ਪੈਂਦਾ ਚਲੋ ਫਿਰ ਲੋਕ ਲੋਕ ਤਾਂ ਲੈ ਲਾ ਉਹ ਕਾਰ ਮੁੜਦੀ ਪਈ ਅੱਛਾ ਪੈਟਰੋਲ ਆ ਗਿਆ